आर खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। ਕੋਰੋਨਿਲ ਦਵਾਈ ਦੇ ਐਲਾਨ ਤੋਂ ਬਾਅਦ ਵਿਵਾਦਾਂ 'ਚ ਘਿਰੇ ਬਾਬਾ ਰਾਮਦੇਵ ਅਤੇ ਉਹਨਾਂ ਦੀ ਪਤੰਜਲੀ ਆਯੁਰਵੇਦ ਕੰਪਨੀ 'ਤੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਦਰਜ ਹੋਈ ਹੈ। ਇਸ ਸ਼ਿਕਾਇਤ ਵਿੱਚ ਬਾਬਾ ਰਾਮਦੇਵ ਦੇ ਮਿਲਾਵਟੀ ਦਵਾਈ ਵੇਚਣ ਦੇ ਆਰੋਪਾਂ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਿਕਾਇਤ ਚੰਡੀਗੜ੍ਹ ਦੇ ਨੈਸ਼ਨਲ ਕੰਜ਼ਿਊਮਰ ਵੈਲਫੇਅਰ ਕਾਉਂਸਲ ਦੇ ਸਕੱਤਰ ਵਿਕਰਮਜੀਤ ਸਿੰਘ ਵੱਲੋਂ ਕੀਤੀ ਗਈ ਹੈ। ਕ੍ਰਿਮੀਨਲ ਕੰਪਲੇਂਟ ਇਹੀ ਹੈ ਜੀ 307 ਅਟੈਂਪਟ ਟੂ ਮਰਡਰ ਤੱਕ ਅਸੀਂ ਲਿਖਿਆ ਦੇ ਅੰਦਰ ਬ੍ਰੀਚ ਆਫ ਟਰਸਟ ਹੈ ਜੀ ਲੋਕਾਂ ਦਾ ਵਿਸ਼ਵਾਸ ਅੰਨਾ ਵਿਸ਼ਵਾਸ ਕਰਦੇ ਆ ਯੋਗੀ ਬਾਬਾ ਰਾਮਦੇਵ ਜੀ ਦੇ ਉੱਪਰ ਅਤੇ ਸਿਰਫ ਉਹਦੇ ਬੇਸਿਸ ਦੇ ਉੱਪਰ 100% ਕਿਓਰ ਕੋਵਿਡ ਦਾ ਇਹਦਾ ਕਲੇਮ ਕੀਤਾ ਜਾ ਰਿਹਾ ਅਤੇ ਆਪਣੀ ਇਹ ਦਵਾਈਆਂ ਵੇਚ ਰਹੇ ਆ ਔਰ ਕੁਛ ਨਹੀਂ ਹੈ ਪੋਲੀਟੀਕਲ ਪੈਟਰਨੇਜ ਇਹਨਾਂ ਨੂੰ ਮਿਲੀ ਹੋਈ ਹੈ ਐਂਡ ਦੇ ਆਰ ਜਸਟ ਮੇਕਿੰਗ ਮਨੀ ਆਊਟ ਆਫ ਇਟ। ਸਰ ਹੁਣ ਨੈਕਸਟ ਸਟੈਪ ਕਿਆ ਰਹੇਗਾ ਜਿਹਨਾਂ ਨੂੰ ਸੁਣਵਾਈ ਨੈਕਸਟ ਕਦੋਂ ਰਹੇਗੀ ਇਸ ਕੇਸ? ਦੇਖੋ ਜੀ ਇਹ ਕੱਲ੍ਹ ਕੇਸ ਫਾਈਲ ਕੀਤਾ ਗਿਆ ਜਿਹੜਾ ਡਿਸਟ੍ਰਿਕਟ ਕੋਰਟ ਚੰਡੀਗੜ੍ਹ 'ਚ ਹੋਇਆ। ਇਸ ਤੋਂ ਬਾਅਦ ਇਹਦੀ ਅਸੀਂ ਅੱਗੇ ਰਿਟ ਪਾਵਾਂਗੇ ਹਾਈਕੋਰਟ ਦੇ ਅੰਦਰ, ਕੰਜ਼ਿਊਮਰ ਸਟੇਟ ਕਮਿਸ਼ਨ ਜਾਵਾਂਗੇ, ਜੋ ਜੋ ਲੀਗਲ ਪ੍ਰੋਸੈਸ ਹੈਗੀ ਫਰਦਰ ਔਨ ਜਿਹੜਾ ਪ੍ਰੋਸੀਜਰ ਹੈ ਉਹਨੂੰ ਫੋਲੋ ਕੀਤਾ ਜਾਊਗਾ ਅਤੇ ਅਸੀਂ ਜੜ੍ਹ ਤੱਕ ਜਾਵਾਂਗੇ। ਅਸੀਂ ਸਰ ਹਾਈਕੋਰਟ ਵਿਖੇ ਕੀ ਕੋਈ ਲਿਟੀਗੇਸ਼ਨ ਦਾਖਲ ਕੀਤੀ ਜਾਏਗੀ? ਉਹ ਹਾਂਜੀ ਹਾਲੇ ਅਸੀਂ ਤਿਆਰ ਕਰ ਰਹੇ ਹਾਂ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਅਤੇ ਜਨਹਿਤ ਯਾਚਿਕਾ ਜਿਹਨੂੰ ਆਪਾਂ ਕਹਿੰਦੇ ਹਾਂ ਅਤੇ ਉਹਦੇ ਬਾਰੇ ਬਰੀਫ ਕੀਤਾ ਜਾਊਗਾ ਨੈਕਸਟ ਕਮਿੰਗ ਵੀਕ ਦੇ ਅੰਦਰ। ਬਾਬਾ ਰਾਮਦੇਵ ਉੱਤੇ IPC ਦੀ ਧਾਰਾ 275, ਧਾਰਾ 276 ਅਤੇ 307 ਦੇ ਤਹਿਤ ਕੇਸ ਦਰਜ ਕਰਨ ਲਈ ਕਿਹਾ ਗਿਆ। ਜਾਣਕਾਰੀ ਅਨੁਸਾਰ ਕੋਰਟ ਇਸ ਮਾਮਲੇ ਤੇ ਸੋਮਵਾਰ ਨੂੰ ਸੁਣਵਾਈ ਕਰੇਗਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। ਦੁੱਖ ਇਸ ਗੱਲ ਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਜਾ ਰਹੀ ਸੀ, ਦੁੱਖ ਤਾਂ ਬਸ ਇਸ ਗੱਲ ਦਾ ਸੀ ਕਿ ਇੰਨੇ ਸਾਲਾਂ ਤੋਂ ਆਪਾਂ ਨਾਲ ਸੀ ਪਰ ਮੈਂ ਕਦੇ ਆਪਣੇ ਦਿਲ ਦੀਆਂ ਗੱਲਾਂ ਨਹੀਂ ਉਹਦੇ ਨਾਲ ਸਾਂਝੀਆਂ ਕਰ ਸਕਿਆ। ओपन चैलेंज 17-time गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री मियां रफीक मोहम्मद मोबाइल 84374 94647 84374 94648।